ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਰਸ਼ਨ ਸਿੰਘ, ਪਿੰਡ ਰਾਮਗੜ੍ਹ ਛੰਨਾ ਦੀ, ਜੋ ਪੰਚਾਇਤੀ ਚੋਣਾਂ ਦੇ ਵਿੱਚ ਮੇਰੇ ਮਿਸਿਜ ਬੀਬੀ ਸ੍ਰੀਮਤੀ ਰਜਿੰਦਰ ਕੌਰ ਜੀ ਜੋ ਸਰਪੰਚ ਦੀ ਚੋਣ ਲੜ ਰਹੇ ਹਨ, ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਚਲਾਉਂਦਾ ਕਿਸਾਨ, ਅਤੇ ਉਹਦੇ ਨਾਲ ਮੇਰੇ ਸਾਥੀ ਕਾਕਾ ਗੁਰਜੰਟ ਸਿੰਘ ਜੋ ਕਿ ਮੈਂਬਰ ਪੰਚਾਇਤ ਦੀ 5 ਨੰਬਰ ਵਾਰਡ ਤੋਂ ਇਲੈਕਸ਼ਨ ਲੜ ਰਹੇ, ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟੇਬਲ, ਔਰ ਸਾਡਾ ਇੱਕ ਸਾਥੀ ਸੁਖਵਿੰਦਰ ਸਿੰਘ ਜੀ ਜੋ ਕਿ ਨਿਰਵਿਰੋਧ ਪੰਚਾਇਤ ਦੇ ਵਿੱਚ ਚੁਣਿਆ ਗਿਆ, ਮੈਂਬਰ ਬਣ ਚੁੱਕਿਆ, ਔਰ ਇੱਕ ਸਾਡਾ ਸਾਥੀ ਹੈ ਸਰਦਾਰ ਰਣਜੀਤ ਸਿੰਘ ਜੀ ਬਾਰੂ ਜੋ ਕਿ ਨਿਰਵਿਰੋਧ ਵਾਰਡ ਨੰਬਰ 4 ਤੋਂ ਚੁਣੇ ਗਏ ਹਨ। ਇਸੇ ਤਰ੍ਹਾਂ ਸਾਡੇ ਸਾਥੀ ਮੇਰੇ ਸੱਤੇ ਹੱਥ ਖੜ੍ਹੇ ਨੇ ਸਰਦਾਰ ਰਘਵੀਰ ਸਿੰਘ ਜੀ ਜੋ ਕਿ ਵਾਰਡ ਨੰਬਰ 2 ਤੋਂ ਇਲੈਕਸ਼ਨ ਵਾਲੇ, ਇਹਨਾਂ ਦਾ ਚੋਣ ਨਿਸ਼ਾਨ ਕੈਂਚੀ, ਔਰ ਇੱਕ ਸਾਡੀ ਬੀਬੀ ਹੋਰ ਹੈ ਜਸਵੀਰ ਕੌਰ ਜੋ ਇਸ ਟਾਈਮ ਹੈ ਨਹੀਂ ਮੌਜੂਦ, ਅਤੇ ਉਹ 3 ਨੰਬਰ ਵਾਰਡ ਤੋਂ ਇਲੈਕਸ਼ਨ ਵਾਲੇ, ਉਹਨਾਂ ਦਾ ਚੋਣ ਨਿਸ਼ਾਨ ਹੈ ਬਾਲਟੀ। ਸੋ ਅਸੀਂ ਸਰਬ ਸਾਂਝੀ ਪੰਚਾਇਤ ਬਣਾਉਣ ਚੱਲੇ ਹਾਂ ਕਿ ਕਿਸੇ ਵੀ ਪਾਰਟੀ ਦੇ ਲਈ ਜਾਂ ਕਿਸੇ ਹੋਰ ਅਸੀਂ ਸਰਬ ਸਾਂਝੇ ਆਜ਼ਾਦ ਤੌਰ 'ਤੇ ਇਲੈਕਸ਼ਨ ਲੜ ਰਹੇ ਹਾਂ ਤਾਂ ਕਿ ਗਰੀਬ ਸਮਾਜ ਦੇ ਵਿੱਚ ਉੱਠ ਕੇ ਗਰੀਬ ਸਮਾਜ ਦਾ ਭਲਾ ਕਰਨ ਦੇ ਖਾਤਰ, ਔਰ ਜੋ ਅੱਜ ਤੱਕ ਵੀ ਪਿੰਡ ਦੇ ਲੋਕਾਂ ਨੂੰ ਵੀ ਪਤਾ, ਹਰ ਸਮਾਜ ਨੂੰ ਪਤਾ ਕਿ ਅਸੀਂ ਅੱਜ ਤਕਰੀਬਨ ਮੇਰੀ 51 ਸਾਲ ਦੀ ਉਮਰ ਹੋ ਚੁੱਕੀ ਆ, ਉਹਦੇ ਵਿੱਚ ਅੱਜ ਤੱਕ ਅਸੀਂ ਸੋਸ਼ਲ ਵਰਕਰ ਬਣ ਕੇ ਹੀ ਰਹੇ ਹਾਂ, ਔਰ ਸੋਸ਼ਲ ਵਰਕਰ ਬਣ ਕੇ ਅੱਜ ਵੀ ਪੰਚਾਇਤ ਦੇ ਵਿੱਚ ਮੈਂਬਰ ਪੰਚਾਇਤ ਤੌਰ 'ਤੇ ਹੈਸੀਅਤ ਦੀ, ਅੱਜ ਵੀ ਅਸੀਂ ਸੋਸ਼ਲ ਵਰਕਰ ਬਣ ਕੇ ਹੀ ਕੰਮ ਕਰਾਂਗੇ। ਔਰ ਮੈਂ ਸਮੂਹ ਨਗਰ ਨੂੰ ਅਪੀਲ ਕਰਦਾ ਕਿ ਇੱਕ ਇੱਕ ਵੋਟ ਜਿਹੜੇ ਸਾਥੀ ਖੜ੍ਹੇ ਆ ਸਭ 5-4 ਵਾਰਡਾਂ ਤੋਂ, ਇਹਨਾਂ ਨੂੰ ਆਪਣੀ ਵੋਟ ਪਾ ਕੇ ਇਹਨਾਂ ਨੂੰ ਜਿਤਾਉਣ ਦੀ ਕਾਮਯਾਬ ਕਰਨ, ਤਾਂ ਕਿ ਨਿਰਵਿਰੋਧ ਸਰਬ ਸਾਂਝੇ ਪਿੰਡ, ਸਰਬ ਸਾਂਝੇ ਫੈਸਲੇ ਇੱਕ ਜਗ੍ਹਾ ਬੈਠ ਕੇ ਸਭ ਦੇ ਕਰ ਸਕੀਏ। ਕੋਈ ਪਾਰਟੀਬਾਜ਼ੀ ਨਹੀਂ ਹੋਵੇਗੀ, ਕੋਈ ਅਸੀਂ ਦੁਰਦ੍ਰਿਸ਼ ਉਹ ਨਹੀਂ ਕਰਾਂਗੇ, ਸਿਰਫ ਜੋ ਵੀ ਫੈਸਲਾ ਕਰਾਂਗੇ ਸਾਂਝੇ ਹੋਣਗੇ। ਇਸ ਲਈ ਮੈਂ ਸਭ ਸਾਥੀਆਂ ਨੂੰ ਦੁਬਾਰਾ ਫਿਰ ਅਪੀਲ ਕਰਦਾ ਕਿ ਆਪਣੇ ਨਿਰਵਿਰੋਧ ਪੰਚਾਇਤ ਜਿਹੜੀ ਚੁਣੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਵਿੰਦਰ ਸਿੰਘ, ਜੋ ਕਿ ਮੈਂ ਪੰਚੀ ਦੀ ਚੋਣ ਕਲੰਬਰ ਵਾਰਡ ਦੇ ਵਿੱਚੋਂ ਸਰਬ ਸੰਮਤੀ ਨਾਲ ਬਣਾਇਆ ਗਿਆ, ਅਤੇ ਨਾਲ ਮੇਰੇ ਸਰਪੰਚ ਜਿੰਦਰ ਕੌਰ, ਅਤੇ ਉਸਦੇ ਟਰੈਕਟਰ 'ਤੇ ਮੋਹਰਾਂ ਲਾ ਕੇ ਉਸਨੂੰ ਕਾਮਯਾਬ ਬਣਾਓ। ਸਾਰੀ ਵਾਰਡ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਥੀ ਸੁਖਵਿੰਦਰ ਸਿੰਘ ਜੀ ਜੋ ਵਾਰਡ ਨੰਬਰ 1 ਤੋਂ ਨਿਰਵਿਰੋਧ ਮੈਂਬਰ ਚੁਣੇ ਗਏ ਹਨ, ਅਸੀਂ ਉਸਦੇ ਉਹਨਾਂ ਦੇ ਵੱਲੋਂ ਸਾਰੀ ਵਾਰਡ ਨੰਬਰ 1 ਦਾ ਸਮੂਹ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ, ਔਰ ਜੋ ਕਿ ਅਪੀਲ ਵੀ ਕਰਦੇ ਹਾਂ ਕਿ ਇਹਨਾਂ ਦੇ ਨਾਲ ਸਰਪੰਚ ਵੀ ਸ੍ਰੀਮਤੀ ਰਜਿੰਦਰ ਕੌਰ, ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਚਲਾਉਣ ਦਾ ਕਿਸਾਨ ਹੈ, ਉੱਥੇ ਵੱਧ ਤੋਂ ਵੱਧ ਮੋਹਰਾਂ ਮਿਲਾ ਕੇ ਉਹਨਾਂ ਨੂੰ ਕਾਮਯਾਬ ਬਣਾਓ ਤਾਂ ਕਿ ਪਿੰਡ ਦਾ ਵਿਕਾਸ ਸਹੀ ਤਰੀਕੇ ਨਾਲ ਵਿਕਾਸ ਹੋ ਸਕੇ, ਸਭ ਭਾਈਚਾਰੇ ਦਾ ਵਿਕਾਸ ਹੋ ਸਕੇ। ਇਸ ਅਸੀਂ ਦੁਬਾਰਾ ਫਿਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਲਾ ਕੇ ਮੋਹਰਾਂ ਲਾ ਕੇ ਕਾਮਯਾਬ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।